ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ MSW ਸਟੱਡੀ ਫੋਰ ਜੋਬ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ETT ਦੀਆਂ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਨੇ ਉਸ ਦੇ ਵਿੱਚ ਜਿਹੜਾ ਜਰਨਲ ਸਾਇੰਸ ਜਿਹੜਾ ਇੱਕ ਪਾਰਟ ਹੈਗਾ 20 ਨੰਬਰਾਂ ਦਾ ਜਿਹੜਾ ਆਉਣਾ ਹੈਗਾ ਉਸ ਦੇ ਵਿੱਚ ਚੈਪਟਰ ਹੈ ਗ੍ਰੈਵੀਟੇਸ਼ਨ ਜਿਹਦੀ ਅੱਜ ਗੱਲ ਕਰਾਂਗੇ। ਇਸ ਤੋਂ ਪਹਿਲਾਂ ਜਿਹੜੇ 4 ਪਾਰਟ ਨੇਗੇ ਆਪਾਂ ਉਹ ਡਿਸਕਸ ਕਰ ਚੁੱਕੇ ਹਾਂ ਵੀਡੀਓਜ਼ ਦੇ ਰਾਹੀਂ, ਅਤੇ ਅੱਜ ਜਿਹੜਾ 5ਵਾਂ ਪਾਰਟ ਹੈ ਆਪਣਾ ਗ੍ਰੈਵੀਟੇਸ਼ਨ ਚੈਪਟਰ ਦੀ ਅੱਜ ਆਪਾਂ ਜਿਹੜੀ ਹੈ ਉਹ ਗੱਲ ਕਰਾਂਗੇ। ਤਾਂ ਜੀ ਗੱਲ ਕਰਦੇ ਹਾਂ ਆਪਾਂ ਅੱਜ ਦੇ ਆਪਣੇ ਪਹਿਲੇ ਕੁਐਸਚਨ ਦੀ। ਦੇਖੋ ਦਿੱਤਾ ਗਿਆ ਹੈਗਾ ਅ ਬੋਡੀ ਆਫ ਅ ਮਾਸ, ਮਾਸ ਦਿੱਤਾ ਗਿਆ ਹੈਗਾ 1 kg ਇਜ਼ ਅਟਰੈਕਟਡ ਬਾਏ ਅਰਥ ਵਿਦ ਅ ਫੋਰਸ ਵਿਚ ਇਜ਼ ਇਕੁਅਲ ਟੂ, ਧਰਤੀ ਦੁਆਰਾ ਅਟਰੈਕਟ ਕੀਤੀ ਗਈ ਆ ਵਿਦ ਫੋਰਸ, ਕਿੰਨੀ ਫੋਰਸ ਦੇ ਨਾਲ ਉਹ ਦੱਸਣਾ ਹੈਗਾ। ਤਾਂ ਜੀ ਇਹ ਇਸਦਾ ਆਂਸਰ ਹੋਏਗਾ 9.8 ਜਿਹੜਾ ਨਿਊਟਨ, 1 ਨਿਊਟਨ ਹੈ ਜਿਹੜਾ ਇਹ ਬਰਾਬਰ ਹੁੰਦਾ ਹੈਗਾ ਅਮਾਊਂਟ ਆਫ ਫੋਰਸ ਜਿੰਨੀ ਚਾਹੀਦੀ ਹੈਗੀ ਐਕਸਰਲੇਟ ਕਰਨ ਦੇ ਲਈ ਓਬਜੈਕਟ ਨੂੰ 1 ਮੀਟਰ ਪਰ ਸੈਕਿੰਡ ਦੇ ਨਾਲ। ਤਾਂ ਇਸਦਾ ਜਿਹੜਾ ਆਂਸਰ ਹੋਵੇਗਾ 9.8 ਜਿਹੜਾ ਨਿਊਟਨ ਹੈ ਉਹ ਹੋਵੇਗਾ। ਸੈਕਿੰਡ ਕੁਐਸਚਨ, ਵਟ ਇਜ਼ ਦੀ ਗ੍ਰੈਵੀਟੇਸ਼ਨਲ ਫੋਰਸ ਬਿਟਵੀਨ ਟੂ ਓਬਜੈਕਟਸ, ਦੋ ਓਬਜੈਕਟਸ ਦੇ ਵਿਚਕਾਰ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਉਹ ਕੀ ਹੋਵੇਗੀ, ਅਟਰੈਕਟਿਵ ਐਟ ਲਾਰਜ ਡਿਸਟੈਂਸਿਸ ਓਨਲੀ, ਨਹੀਂ ਜੀ ਇਹ ਗਲਤ ਹੈਗਾ, ਅਟਰੈਕਟਿਵ ਐਟ ਸਮਾਲ ਡਿਸਟੈਂਸਿਸ ਨਹੀਂ, ਸਾਰੇ ਡਿਸਟੈਂਸਿਸ ਦੇ ਉੱਤੇ ਉਹ ਅਟਰੈਕਟਿਵ ਹੋਵੇਗੀ। ਤਾਂ ਸੀ ਆਪਸ਼ਨ ਹੈ ਜਿਹੜਾ ਇਹ ਇਸਦਾ ਬਿਲਕੁਲ ਸਹੀ ਆਂਸਰ ਹੋਵੇਗਾ। ਦੀ ਵੈਲਿਊ ਆਫ ਜੀ ਕੀ ਹੁੰਦੀ ਹੈਗੀ, ਇਨਕਰੀਜ਼ ਹੁੰਦੀ ਹੈਗੀ ਜੇਕਰ ਆਪਾਂ ਵੱਧ ਜਾਂਦੇ ਹਾਂ ਧਰਤੀ ਦੀ ਸਰਫੇਸ 'ਤੇ, ਜਾਂ ਫਿਰ ਡਿਕਰੀਜ਼ ਹੁੰਦੀ ਹੈ ਜਾਂ ਕੋਂਸਟੈਂਟ ਰਹਿੰਦੀ ਆ। ਡੀ ਆਪਸ਼ਨ ਹੈ ਇਜ਼ ਮੋਰ ਐਟ ਇਕੁਏਟਰ ਐਂਡ ਲੈਸ ਐਟ ਪੋਲਸ। ਤਾਂ ਜਿਹੜਾ ਇਸਦਾ ਸਹੀ ਆਂਸਰ ਹੋਵੇਗਾ ਉਹ ਆਪਣਾ ਬੀ ਆਪਸ਼ਨ ਹੋਵੇਗਾ, ਇਹ ਡਿਕਰੀਜ਼ ਹੁੰਦੀ ਹੈਗੀ ਜਦੋਂ ਆਪਾਂ ਐਜ਼ ਵੀ ਗੋ ਟੂ ਦਾ ਸੈਂਟਰ ਆਫ ਦਾ ਅਰਥ, ਜਦੋਂ ਸੈਂਟਰ ਵੱਲ ਜਾਂਦੇ ਹਾਂ ਅਤੇ ਸੈਂਟਰ ਦੇ ਉੱਤੇ ਆ ਕੇ ਇਹ ਬਿਲਕੁਲ ਜ਼ੀਰੋ ਹੈ ਜਿਹੜੀ ਉਹ ਹੋ ਜਾਂਦੀ ਹੈ। ਫੋਰਥ ਕੁਐਸਚਨ, ਇੱਕ ਬੋਲ ਹੈਗੀ ਉਹਨੂੰ ਉੱਪਰ ਸਿੱਟਿਆ ਗਿਆ ਹੈਗਾ, ਤਾਂ ਜਿਹੜੀ ਵੈਲਿਊ ਹੈ ਜੀ ਦੀ ਉਹ ਕੀ ਹੋਵੇਗੀ, ਜ਼ੀਰੋ ਹੋਵੇ, ਪੋਜ਼ਿਟਿਵ, ਨੈਗੇਟਿਵ ਜਾਂ ਨੈਗਲੀਜੀਬਲ ਹੋਵੇਗੀ। ਇਸਦਾ ਆਂਸਰ ਜਿਹੜਾ ਸਹੀ ਹੈ ਉਹ ਨੈਗੇਟਿਵ ਹੋਵੇਗੀ। ਐਕਚੁਅਲ ਦੇ ਵਿੱਚ ਜਿਹੜੀ ਐਕਸਰਲੇਸ਼ਨ ਹੁੰਦੀ ਹੈ ਇੱਥੇ ਉਹ ਅੰਗੇਜ਼ਡ ਮੋਸ਼ਨ ਦੇ ਹੋ ਜਾਂਦੀ ਹੈ, ਮੋਸ਼ਨ ਤੋਂ ਐਂਟੀ ਅੰਗੇਜ਼ਡ ਹੋ ਜਾਂਦੀ ਆ, ਉਲਟ ਹੋ ਜਾਂਦੀ ਆ, ਜਿਸ ਕਰਕੇ ਜਿਹੜੀ ਵੈਲਿਊ ਹੈ ਆਪਾਂ ਉਸਨੂੰ ਨੈਗੇਟਿਵ ਹੈ ਜਿਹੜਾ ਲਿਆ ਜਾਂਦਾ ਹੈਗਾ। 5ਵਾਂ ਕੁਐਸਚਨ ਜਿਹੜਾ ਹੈਗਾ, ਗ੍ਰੈਵੀਟੇਸ਼ਨਲ ਫੋਰਸ ਕੋਜ਼ ਕੀ ਕੋਜ਼ ਕਰ ਸਕਦੀਆਂ ਨੇ, ਜਿਹੜੀਆਂ ਟਾਈਡਸ ਨੇ ਹਾਂਜੀ ਇਹਨਾਂ ਕਰਕੇ ਹੋ ਸਕਦੀਆਂ ਨੇਗੀਆਂ, ਮੋਸ਼ਨ ਆਫ ਮੂਵ ਇਹ ਵੀ ਹੋ ਸਕਦਾ, ਨਨ ਆਫ ਦ ਅਬਵ ਇਹ ਤਾਂ ਫਿਰ ਆਪਸ਼ਨ ਹੀ ਗਲਤ ਹੋ ਗਿਆ, ਤਾਂ ਡੀ ਆਪਸ਼ਨ ਹੀ ਰਹਿ ਗਿਆ ਆਪਣੇ ਕੋਲ, ਬੋਥ ਏ ਐਂਡ ਬੀ ਜਿਹੜਾ ਇਸਦਾ ਰਾਈਟ ਆਂਸਰ ਹੋਵੇਗਾ। ਨੈਕਸਟ ਕੁਐਸਚਨ ਜਿਹੜਾ ਹੈਗਾ ਹੈਗਾ 6ਵਾਂ, ਦਾ ਮਾਸ ਆਫ ਬੋਡੀ ਔਨ ਮੂਨ ਦੇ ਉੱਤੇ ਜਿਹੜਾ ਮਾਸ ਹੈ ਉਹ 40 ਜਿਹੜਾ ਕੇਜੀ ਹੈਗਾ, ਵਟ ਇਜ਼ ਦਾ ਵੇਟ ਔਨ ਅਰਥ, ਧਰਤੀ ਦੇ ਉੱਤੇ ਉਹ ਵੇਟ ਕਿੰਨਾ ਹੋਵੇਗਾ। ਤਾਂ ਜੇਕਰ ਵੇਟ ਫਾਈਂਡ ਕਰਨਾ ਹੈਗਾ, ਵੇਟ ਹੁੰਦਾ ਹੈਗਾ ਮਾਸ ਮਲਟੀਪਲਾਈ ਬਾਏ ਜਿਹੜੀ ਜੀ ਹੈ, ਐਮ ਜੀ ਜਿਹੜਾ ਫਾਰਮੂਲਾ ਹੁੰਦਾ ਹੈਗਾ, ਤਾਂ 40 ਮਲਟੀਪਲਾਈ ਬਾਏ ਜੀ ਦੀ ਵੈਲਿਊ 9.8 ਹੈ ਜਿਹੜੀ ਉਹ ਪੁੱਟ ਕਰਾਂਗੇ ਆਪਾਂ, ਤਾਂ 392 ਜਿਹੜਾ ਨਿਊਟਨ ਹੈਗਾ ਉਹ ਆਂਸਰ ਆਵੇਗਾ ਆਪਣੇ ਕੋਲ। 7ਵਾਂ ਕੁਐਸਚਨ ਜਿਹੜਾ ਹੈਗਾ ਆਪਣਾ, ਨਿਊਟਨ ਲਾਜ਼ ਆਫ ਗ੍ਰੈਵੀਟੇਸ਼ਨ ਅਪਲਾਈ ਕਰਦੇ ਆਗੇ ਸਮਾਲ ਬੋਡੀਜ਼ ਦੇ ਉੱਤੇ, ਨਹੀਂ ਜੀ ਪਲਾਂਟਸ ਦੇ ਉੱਤੇ ਨਹੀਂ, ਸਾਰੀਆਂ ਬੋਡੀਜ਼ ਦੇ ਉੱਤੇ ਇਹ ਕੀ ਲੱਗਦਾ ਹੈਗਾ ਅਪਲਾਈ ਹੁੰਦਾ ਹੈਗਾ ਰਿਸਪੈਕਟਿਵ ਟੂ ਆਫ ਦੇਅਰ ਸਾਈਜ਼, ਚਾਹੇ ਸਾਈਜ਼ ਛੋਟਾ ਹੈ ਚਾਹੇ ਵੱਡਾ ਹੈਗਾ, ਉਹ ਸਭ ਦੇ ਉੱਤੇ ਅਪਲਾਈ ਜਿਹੜਾ ਹੁੰਦਾ ਹੈਗਾ। ਓਕੇ 8th ਕੁਐਸਚਨ ਜਿਹੜਾ ਹੈਗਾ, ਗ੍ਰੈਵੀਟੇਸ਼ਨਲ ਫੋਰਸ ਜਿਹੜੀ ਦੋ ਓਬਜੈਕਟ ਦੇ ਵਿਚਕਾਰ ਜੇਕਰ ਐਫ ਹੈ, ਤਾਂ ਜੇਕਰ ਮਾਸ ਹੈਗਾ ਆਫ ਦਾ ਬੋਥ ਦਾ ਓਬਜੈਕਟਸ ਆਰ ਹਾਫ, ਮਾਸ ਨੂੰ ਘਟਾ ਦਿੱਤਾ ਗਿਆ ਹਾਫ ਕਰ ਦਿੱਤਾ ਗਿਆ ਬਿਨਾਂ ਕੋਈ ਚੇਂਜ ਕੀਤੇ ਡਿਸਟੈਂਸ ਦੇ, ਤਾਂ ਗ੍ਰੈਵੀਟੇਸ਼ਨਲ ਫੋਰਸ ਹੈ ਜਿਹੜੀ ਉਹ ਕੀ ਹੋਵੇਗੀ। ਤਾਂ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਉਹ ਜੇਕਰ ਓਬਜੈਕਟ ਦਾ ਜਿਹੜਾ ਫੋਰਸ ਹੈ ਉਹਨੂੰ ਹਾਫ ਕੀਤਾ ਗਿਆ, ਤਾਂ ਜਿਹੜੀ ਫੋਰਸ ਹੈ ਉਹ ਐਫ ਬਾਏ ਫੋਰ ਜਿਹੜੀ ਹੈ ਉਹ ਹੋਵੇਗੀ, ਦਾ ਆਂਸਰ ਏ ਆਪਸ਼ਨ ਹੋਵੇਗਾ। ਕਿ ਨੈਕਸਟ ਕੁਐਸਚਨ ਜਿਹੜਾ ਹੈਗਾ ਗਾ, ਇੱਕ ਅਰਥ ਜਿਹੜੀ ਹੈ ਅਟਰੈਕਟ ਕਰਦੀ ਹੈ ਮੂਨ ਨੂੰ, ਗ੍ਰੈਵੀਟੇਸ਼ਨਲ ਫੋਰਸ 10 ਦੀ ਪਾਵਰ ਇੱਥੇ 20 ਹੋਵੇਗਾ, 10 ਦੀ ਪਾਵਰ 20 ਨਿਊਟਨ। ਓਕੇ ਤਾਂ ਜਿਹੜਾ ਮੂਨ ਹੈ ਅਟਰੈਕਟ ਕਰਦਾ ਗਾ ਗ੍ਰੈਵੀਟੇਸ਼ਨਲ ਫੋਰਸ ਦੇ ਨਾਲ, ਤਾਂ ਇਸਦਾ ਆਂਸਰ ਸੇਮ ਹੀ ਹੋਵੇਗਾ 19 ਦੇ ਨਾਲ, ਨਿਊਟਨ ਦਾ ਜਿਹੜਾ ਥਰਡ ਲਾ ਇਕੁਅਲ ਐਂਡ ਓਪੋਜ਼ਿਟ ਫੋਰਸ ਹੈ ਜਿਹੜੀ ਉਹ ਲੱਗੂਗੀ
ਤਾਂ ਜਿਹੜਾ ਆਂਸਰ ਹੈ ਆਪਣੇ ਕੋਲ 10^20 ਨਿਊਟਨ ਹੈ ਉਹ ਆਵੇਗਾ। ਦਸਵਾਂ ਕੁਐਸਚਨ, ਡਿਸਟੈਂਸ ਬਿਟਵੀਨ ਟੂ ਬੋਡੀਜ਼ ਬਿਕਮ 6 ਟਾਈਮਸ ਮੋਰ ਦੈਨ ਦਾ ਯੂਜ਼ੁਅਲ ਡਿਸਟੈਂਸ। ਜੇਕਰ ਜਿਹੜਾ ਡਿਸਟੈਂਸ ਆ 6 ਗੁਣਾ ਕਰ ਦਿੱਤਾ ਜਾਵੇ ਤਾਂ ਫੋਰਸ ਕਿੰਨੀ ਹੋ ਜਾਵੇਗੀ? ਜਿਹੜੀ ਫੋਰਸ ਹੁੰਦੀ ਆ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ ਸਕੇਅਰ ਆਫ ਡਿਸਟੈਂਸ ਦੇ। ਜਿਹੜਾ ਸਕੇਅਰ ਆਫ ਡਿਸਟੈਂਸ ਹੈਗਾ ਆਰ ਸਕੇਅਰ, ਤਾਂ ਜੀ ਜੇਕਰ ਉਹ 6 ਗੁਣਾ ਤਾਂ 6 ਦਾ ਸਕੇਅਰ 36, 1/36 ਜਿਹੜਾ ਹੈਗਾ ਟਾਈਮਸ, ਉਹ ਆਪਣਾ ਜਿਹੜਾ ਰਾਈਟ ਆਂਸਰ ਹੋਵੇਗਾ। ਓਕੇ, ਨੈਕਸਟ ਕੁਐਸਚਨ, ਦਾ ਪੀਰੀਅਡ ਆਫ ਆਰਟੀਫਿਸ਼ਲ ਜੀਓ ਸਟੇਸ਼ਨਰੀ ਸੈਟੇਲਾਈਟ ਉਹ ਕਿੰਨਾ ਹੁੰਦਾ ਹੈਗਾ? ਜਿਹੜਾ ਉਹ ਪੀਰੀਅਡ ਹੁੰਦਾ ਹੈਗਾ ਉਹ ਹੁੰਦਾ ਹੈਗਾ 1436 ਮਿੰਟ ਦਾ, ਠੀਕ ਹੈ ਜੀ। ਜਿਹੜਾ ਉਹਦਾ ਐਲਟੀਟਿਊਡ ਹੁੰਦਾ ਉਹ ਹੁੰਦਾ ਹੈਗਾ 35,786 ਕਿਲੋਮੀਟਰ। ਇਹ ਲਗਭਗ ਡਾਇਰੈਕਟਲੀ ਅਬਵ ਹੁੰਦਾ ਇਕੁਏਟਰ ਦੇ, ਅਤੇ ਜਿਹੜੀ ਇਹਦੀ ਓਰਬਿਟਲ ਵਿਲੋਸਟੀ ਹੁੰਦੀ ਹੈ ਉਹ ਹੁੰਦੀ ਹੈ 3.07 ਕਿਲੋਮੀਟਰ ਪਰ ਸੈਕਿੰਡ। ਤਾਂ 1436 ਮਿੰਟ ਤਾਂ ਲਗਭਗ ਇਹ 24 ਘੰਟੇ ਦੇ ਅਪਰੋਕਸ ਜਿਹੜਾ ਇਹ ਬਣਦਾ ਹੈਗਾ, 23 ਪੁਆਇੰਟ ਸਮਥਿੰਗ ਬਣੂਗਾ। ਤਾਂ 24 ਆਵਰ ਜਿਹੜਾ ਆਪਸ਼ਨ ਹੈਗਾ ਆਪਣਾ, ਇਹ ਬਿਲਕੁਲ ਰਾਈਟ ਆਂਸਰ ਹੋਵੇਗਾ। ਕਿ ਨੈਕਸਟ ਜਿਹੜਾ ਕੁਐਸਚਨ ਹੈਗਾ, ਇਫ ਦੀ ਮਾਸ ਆਫ ਅਰਥ ਇਜ਼ ਨੋਟ ਚੇਂਜਡ, ਮਾਸ ਨੂੰ ਨਹੀਂ ਚੇਂਜ ਕੀਤਾ ਗਿਆ, ਰੇਡੀਅਸ ਡਿਕਰੀਜ਼ ਕਰ ਦਿੱਤਾ ਹੈਗਾ 1% ਦੇ ਨਾਲ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਔਨ ਦਾ ਸਰਫੇਸ ਆਫ ਅਰਥ ਵੁੱਡ ਬੀ, ਇੱਕ ਨੂਮੈਰੀਕਲ ਹੈ ਜਿਸ ਦਾ ਜਿਹੜਾ ਸਲਿਊਸ਼ਨ ਹੈ ਤੁਹਾਨੂੰ ਲਾਸਟ ਦੇ ਉੱਤੇ ਮਿਲ ਜੂਗਾ। ਤਾਂ ਜਿਹੜਾ ਇਸਦਾ ਆਂਸਰ ਹੈ ਉਹ ਇਨਕਰੀਜ਼ ਹੋਊਗਾ ਇਹ 2% ਦੇ ਨਾਲ। ਓਕੇ, ਨੈਕਸਟ ਕੁਐਸਚਨ ਜਿਹੜਾ ਹੈਗਾ, ਵੈਨ ਸੈਟੇਲਾਈਟ ਓਰਬਿਟ ਕਲੋਜ਼ ਟੂ ਦਾ ਪਲੈਨਟ, ਇਟਸ ਟਾਈਮ ਪੀਰੀਅਡ ਜਿਹੜਾ ਉਹ ਡਿਪੈਂਡ ਕਰਦਾ ਹੈਗਾ। ਜੇਕਰ ਸੈਟੇਲਾਈਟ ਓਰਬਿਟ ਬਿਲਕੁਲ ਨਜ਼ਦੀਕ ਹੁੰਦਾ ਪਲੈਨਟ 'ਤੇ ਤਾਂ ਜਿਹੜਾ ਟਾਈਮ ਪੀਰੀਅਡ ਆ ਉਹ ਡਿਪੈਂਡ ਕਰੂਗਾ ਡੈਂਸਿਟੀ ਦੇ ਉੱਤੇ ਪਲੈਨਟ ਦੀ। ਨੈਕਸਟ ਕੁਐਸਚਨ, ਵੈਲਿਊ ਆਫ ਯੂਨੀਵਰਸਲ ਗ੍ਰੈਵੀਟੇਸ਼ਨਲ ਕੋਂਸਟੈਂਟ, ਇਹ ਤੁਹਾਨੂੰ ਇੱਦਾਂ ਹੀ ਯਾਦ ਰੱਖਣੀ ਪਊ, 6.67×10⁻¹⁻ ਨਿਊਟਨ ਮੀਟਰ ਸਕੁਅਰ ਪਰ ਕੇਜੀ ਸਕੁਅਰ ਜਿਹੜਾ ਇਸਦਾ ਰਾਈਟ ਆਂਸਰ ਹੋਵੇਗਾ। ਪੰਜਵਾਂ ਕੁਐਸਚਨ, ਵੈਨ ਬੋਡੀ ਫਾਲਸ ਟੂਵਰਡਸ ਅਰਥ ਇਟਸ ਮੋਸ਼ਨ ਇਜ਼ ਡਿਊ ਟੂ, ਤਾਂ ਉਸਦਾ ਜਿਹੜਾ ਮੋਸ਼ਨ ਹੈ ਉਹ ਕਿਸ ਕਰਕੇ ਹੋਵੇਗਾ, ਉਸਦਾ ਜਿਹੜਾ ਕਾਰਨ ਹੈ ਉਹ ਕੀ ਹੋਵੇਗਾ? ਤਾਂ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਆ ਉੱਥੇ ਅਪਲਾਈ ਹੋ ਰਹੀ ਹੈਗੀ, ਜਿਹਦੇ ਕਰਕੇ ਕੋਈ ਵੀ ਬੋਡੀ ਆ ਉਹ ਫਾਲ ਕਰਦੀ ਹੈਗੀ ਧਰਤੀ ਦੇ ਵੱਲ, ਧਰਤੀ ਉਹਨੂੰ ਖਿੱਚ ਰਹੀ ਹੈ ਗ੍ਰੈਵਿਟੀ ਕਰਕੇ, ਗ੍ਰੈਵੀਟੇਸ਼ਨਲ ਫੋਰਸ ਕਰਕੇ। ਤਾਂ ਜਿਹੜੀ ਪਹਿਲੀ ਸੈਟੇਲਾਈਟ ਹੈਗੀ ਆਰਟੀਫਿਸ਼ਲ ਸੈਟੇਲਾਈਟ ਆ ਸੰਸਾਰ ਦੀ, ਕਿਹੜੀ ਸੀ? ਸਪੁਟਨਿਕ 1, 4 ਅਕਤੂਬਰ 1957 ਦੇ ਵਿੱਚ ਇਹਨੂੰ ਛੱਡਿਆ ਗਿਆ ਸੀਗਾ ਸੋਵੀਅਤ ਯੂਨੀਅਨ ਦੁਆਰਾ, ਜਿਸਦਾ ਵੇਟ ਸੀ 83 ਪੁਆਇੰਟ ਜਿਹੜਾ 6 ਕਿਲੋ ਦੀ ਸੀ ਜੀ, ਇਹ ਕਿਲੋਗ੍ਰਾਮ ਕੇਜੀ ਦੀ, ਅਤੇ 58 ਸੈਂਟੀਮੀਟਰ ਇਹਦਾ ਡਾਇਆਮੀਟਰ ਸੀਗਾ, ਅਤੇ 98 ਮਿੰਟ ਲੱਗੇ ਸੀ ਇਹਨੂੰ ਓਰਬਿਟ ਕਰਨ ਦੇ ਲਈ। ਨੈਕਸਟ ਕੁਐਸਚਨ ਜਿਹੜਾ ਹੈਗਾ ਗਾ, ਵਾਟ ਇਜ਼ ਦਾ ਯੂਨਿਟ ਆਫ ਮੈਗਨੀਟਿਊਡ ਆਫ ਵੇਟ, ਜਿਹੜਾ ਮੈਗਨੀਟਿਊਡ ਯੂਨਿਟ ਕੀ ਹੈ ਇਸਦਾ? ਤਾਂ ਜਿਹੜਾ ਯੂਨਿਟਸ ਨੇ ਉਹ ਹੈਗੇ ਆਗੇ ਫੋਰਸ ਨਿਊਟਨ। ਓਕੇ, 8th ਜਿਹੜਾ ਕੁਐਸਚਨ ਹੈਗਾ, ਜੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਡਿਕਰੀਜ਼ ਹੁੰਦੀ ਆ ਕਿਸ ਦੇ ਨਾਲ? ਵੇਟ ਦੇ ਨਾਲ ਕੋਈ ਇਫੈਕਟ ਨਹੀਂ, ਐਂਪਲੀਟਿਊਡ ਦੇ ਨਾਲ, ਹਾਈਟ ਦੇ ਨਾਲ ਵੀ ਨਹੀਂ ਕਹਿ ਸਕਦੇ, ਜਦੋਂ ਕਿਉਂਕਿ ਜਦੋਂ ਆਪਣੇ ਕੋਲ ਐਲਟੀਟਿਊਡ ਆਪਸ਼ਨ ਹੈਗਾ ਗਾ ਤਾਂ ਇਹ ਬੈਟਰ ਆਪਸ਼ਨ ਆ ਹਾਈਟ ਦੇ ਨਾਲੋਂ। ਜੇਕਰ ਐਲਟੀਟਿਊਡ ਆਪਸ਼ਨ ਨਾ ਹੁੰਦਾ ਫਿਰ ਆਪਾਂ ਹਾਈਟ ਕਹਿ ਸਕਦੇ ਸੀ, ਪਰ ਇੱਥੇ ਐਲਟੀਟਿਊਡ ਆਪਸ਼ਨ ਦਿੱਤਾ ਗਿਆ ਹੈਗਾ ਕਿਉਂਕਿ ਐਲਟੀਟਿਊਡ ਦੀ ਜਿਹੜੀ ਹਾਈਟ ਹੈ ਬਿਲਕੁਲ ਸੀ ਲੈਵਲ ਤੋਂ ਮਈਅਰ ਕੀਤੀ ਜਾਂਦੀ ਹੈਗੀ। ਤਾਂ ਜਿਹੜਾ ਐਗਜ਼ੈਕਟ ਐਕੂਰੇਟ ਆਂਸਰ ਹੋਵੇਗਾ ਉਹ ਐਲਟੀਟਿਊਡ ਹੋਵੇਗਾ। ਕਿ ਹੂ ਸੇਡ ਦੈਟ ਇਨ ਦੀ ਯੂਨੀਵਰਸ ਐਵਰੀ ਬੋਡੀ ਐਗਜ਼ਰਟਸ ਗ੍ਰੈਵੀਟੇਸ਼ਨਲ ਫੋਰਸ ਔਨ ਐਵਰੀ ਅਦਰ ਬੋਡੀ, ਕਿਸਨੇ ਇਹ ਗੱਲ ਕਹੀ ਸੀਗੀ ਕਿ ਹਰ ਇੱਕ ਓਬਜੈਕਟ ਹੈ ਦੂਜੇ ਦੇ ਉੱਤੇ ਗ੍ਰੈਵੀਟੇਸ਼ਨਲ ਫੋਰਸ ਲਾਉਂਦਾ ਹੈਗਾ? ਤਾਂ ਨਿਊਟਨ ਦਾ ਜਿਹੜਾ ਤੀਜਾ ਲਾਅ ਉਹ ਯਾਦ ਕੀਤਾ ਜਾ ਸਕਦਾ ਹੈਗਾ, ਤਾਂ ਇਸਦਾ ਆਂਸਰ ਹੋਵੇਗਾ ਨਿਊਟਨ ਦਾ ਜਿਹੜਾ ਤੀਜਾ ਲਾਅ ਸੀ। ਤਾਂ ਨਿਊਟਨ ਨੇ ਇਹ ਗੱਲ ਜਿਹੜੀ ਕਹੀ ਸੀ ਜਿਸ ਨੂੰ ਮਾਡਰਨ ਵਰਲਡ ਦਾ ਫਾਦਰ ਵੀ ਕਿਹਾ ਜਾਂਦਾ ਹੈਗਾ। ਦਸਵਾਂ ਕੁਐਸਚਨ ਜਿਹੜਾ ਹੈਗਾ ਜੀ, ਤੁਸੀਂ ਨੋ ਦਾ ਐਕਸਲਰੇਸ਼ਨ ਆਫ ਮੂਨ ਡਿਪੈਂਡਸ ਅਪੋਨ, ਕਿਸ ਚੀਜ਼ 'ਤੇ ਡਿਪੈਂਡ ਕਰਦਾ ਹੈਗਾ? ਜਿਹੜਾ ਐਕਸਲਰੇਸ਼ਨ ਹੈ ਮੂਨ ਦੀ ਉਹ ਡਿਪੈਂਡ ਕਰਦੀ ਹੈ ਉਸਦੀ ਗ੍ਰੈਵੀਟੇਸ਼ਨਲ ਫੋਰਸ ਜਿਹੜੀ ਉਹ ਐਗਜ਼ਰਟ ਕਰ ਰਿਹਾ ਹੈਗਾ।
ਔਨ ਮੂਨ ਦੁਆਰਾ, ਮੂਨ ਦੇ ਉੱਤੇ ਐਗਜ਼ਰਟ ਹੋ ਰਹੀ ਹੈ ਧਰਤੀ ਦੁਆਰਾ, ਤਾਂ ਸੀ ਆਪਸ਼ਨ ਹੈ ਜਿਹੜਾ ਇਸ ਦਾ ਰਾਈਟ ਆਨਸਰ ਹੋਵੇਗਾ। ਇਸ ਤੋਂ ਪਹਿਲਾਂ ਜਿਹੜੀਆਂ ਜੇਕਰ ਤੁਸੀਂ ਸਾਡੇ ਪਿਛਲੇ ਪਾਰਟ ਦੇਖਣਾ ਚਾਹੁੰਦੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੈਕਸਟ ਵੀਡੀਓਜ਼ ਦੇ ਲਈ, ਪਿਛਲੇ ਪਾਰਟ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੇ ਚੈਨਲ ਦੇ ਉੱਤੇ। ਅਤੇ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਜਿਹੜੀ ਆ ਚੰਗੀ ਲੱਗੀ ਹੋਵੇਗੀ। ਵਧੇਰੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰੋ। ਥੈਂਕ ਯੂ ਵੈਰੀ ਮੱਚ।